ਹੈਲੋ ਜੀ ਅਸਲਾਮੁਆਲੇਕਮ شیخ ਇਮਤੀਆਜ਼ YouTube ਚੈਨਲ شیخ ਵਲੌਗ ਐਮ ਐਫ 350 ਟਰੈਕਟਰ ਫਾਰ ਸੇਲ ਮੈਸੀ ਫਰਗੋਸਨ ਦਾ YouTube ਚੈਨਲ شیخ ਵਲੌਗ 9662 ਤੋਂ ਹਾਜ਼ਰ ਆਂ ਤੁਹਾਡੀ ਖidmat ਹੀ ਲੈ ਕੇ ਆਇਆ ਨਾ ਟਰੈਕਟਰ ਦੀ ਹਰ ਕਿਸਮ ਦੀ ਫਾਰ ਸੇਲ ਵੀਡੀਓ ਤੇ ਜਨਾਬ ਅੱਜ ਤੁਹਾਡੀ خدمت 2010 ਮਾਡਲ ਬੜਾ ਸਸਤਾ 240 ਕੀਮਤ ਦੇ ਵਿੱਚ 350 ਟਰੈਕਟਰ ਫਾਰ ਸੇਲ ਆ ਫਰੰਟ ਲੁੱਕ ਸੈੱਡ ਲੁੱਕ ਟਾਇਰ ਰਿਮ ਹੂਕ ਲੱਗੀ ਆ ਗੱਡੀ ਨੂੰ ਬਾਕੀ ਸਮਾਨ ਨਾਲ ਕੋਈ ਚੀਜ਼ ਨਹੀਂ ਲੱਗੀ ਹੋਈ ਸਿਰਫ ਹੂਕ ਹੀ ਲੱਗੀ ਆ ਠੀਕ ਹੈ ਟਾਇਰ ਰਿਮ ਸ਼ੋ ਮਡਗਾਰਡ ਦੇਖ ਸਕਦੇ ਹੋ ਤੁਸੀਂ ਗੱਡੀ ਦੀ ਕੰਡੀਸ਼ਨ ਜਿਹੜੀ ਆ ਬਿਲਕੁਲ ਚੰਗੀ ਆ ਠੀਕ ਹੈ ਸਾਫ਼ ਸੁਥਰਾ ਡਰਾਈਵਰ ਆ ਪੰਜਾਬ ਨੰਬਰ ਦੇ ਵਿੱਚ ਇੰਜਨ ਮੈਕੈਨੀਕਲ ਦਾ ਚੰਗਾ ਬਾਕੀ ਰਿਵਿਊ ਕਰ ਰਹੇ ਹਾਂ ਤੁਹਾਨੂੰ ਗੱਡੀ ਦਾ ਸਾਰਾ ਇਕਲਟੀ ਕੁਲਟੀ ਨਾਲ ਨਹੀਂ ਮਿਲਣੀ ਇੰਜਨ ਮਕੈਨੀਕਲ ਦਾ ਫਿੱਟਾ ਸਿਰਫ ਛੜਾ ਟਰੈਕਟਰ ਮਿਲਣਾ ਤੇ ਟਰੈਕਟਰ ਦੇ ਨਾਲ ਬੈਕ ਸਾਈਡ ਤੇ ਹਿਚ ਲੱਗੀ ਉਹ ਹੀ ਮਿਲਣੀ ਹੈ ਬਾਕੇ ਕੋਈ ਸਮਾਨ ਨਹੀਂ ਲੱਗਾ ਹੋਇਆ ਤਾਂ ਨਾ ਹੀ ਮਿਲਣਾ ਹੈ ਪੰਜਾਬ ਦੇ ਟਰੈਕਟਰ ਗੱਡੀ ਦਾ ਰਿਵਿਊ ਕਰਨੇ ਤੁਹਾਨੂੰ ਡਿਟੇਲ ਵਗੈਰਾ ਵੀ ਦੇਣੀਆਂ ਸਾਰੇ ਮਾਡਲ ਕੀਮਤ ਲੋਕੇਸ਼ਨ ਤਾਂ ਗੱਡੀ ਦਾ ਰੱ ਕਰਨਾ ਇਹ ਗੱਡੀ ਦਾ ਓਵਰਾਲ ਫੁੱਲ ਲੁੱਕ ਚੈੱਕ ਕਰੋ ਫਰੰਟ ਲੁੱਕ ਜਿੱਬੀ ਸ਼ੌਲ ਆ ਛੋਟੀ ਤੇ ਸਿੱਧੇ 85 ਦੇ ਅਨਸਾਰ ਵਾਲਾ ਟਰੈਕਟਰ ਹੈ ਜਨਾਬ ਵੇਖ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਿਸ ਭਾਈ ਨੇ ਹਾਲੇ ਤੱਕ ਤਾਂ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਤੇ ਲਾਈਕ ਕਰ ਦੋ ਤੇ ਵੀਡੀਓ ਤੇ ਕਮੈਂਟ ਕਰ ਦੋ ਵੀਡੀਓ ਪੂਰੀ ਦੇਖਣਾ ਵੀਡੀਓ ਪੂਰੀ ਦੇਖਣ ਤੁਹਾਨੂੰ ਡਿਟੇਲ ਮਿਲੇਗੀ 3000 ਸਬਸਕ੍ਰਾਈਬਰ ਨੇ ਤੇ ਮੇਰੇ ਵੀਡੀਓ ਤੇ ਲਾਈਕ ਕਿੰਨੇ ਹੁੰਦੇ ਨੇ 5-10 ਤੇ ਕਮੈਂਟ ਵੀ ਕੋਈ ਨਹੀਂ ਹੁੰਦੇ 뷰 ਵੀ ਕੋਈ ਨਹੀਂ ਹੁੰਦੇ ਭਾਈਓ ਮੈਂ ਇਨੀ ਮਿਹਨਤ ਕਰਕੇ ਤੁਹਾਡੇ ਲਈ ਆਲ ਪਾਕਿਸਤਾਨ ਜੋ ਟਰੈਕਟਰ ਲੱਭ ਕੇ ਲੈ ਆਣਾ ਫਾਰ ਸੇਲ ਦੇ ਤਗੜੇ ਦਾ ਰਿਵਿਊ ਕਰਾਨੇ ਆ ਡਿਟੇਲ ਦੇਣ ਆ ਸਾਰੇ ਕੁਝ ਰਿਵਿਊ ਵਾਲ ਵੀ ਚੱਲਦੇ ਆ ਇਸ ਦੀ ਸਾਈਡ ਲੁੱਕ ਐ ਚੈੱਕ ਕਰ ਲੋ 2010 ਦਾ ਮਾਡਲ ਐ ਐਮ ਐਫ 350 2010 ਮਾਡਲ ਐ ਜਨਾਬ ਤੇ ਇਸ ਦੀ ਜਿਹੜੀ ਲੋਕੇਸ਼ਨ ਐ ਉਹ ਐ ਨਾਰੋਵਾਲ ਨਾਰੋਵਾਲ ਦੀ ਲੋਕੇਸ਼ਨ ਤੇ ਐਮ ਐਫ 350 ਖੜੇ ਜਨਾਬ 350 ਸਾਬ ਮੈਸੀ ਫਰਗਸਨ ਕਾ ਆ ਇਸ ਦੇ ਜਿਹੜੀ ਡਿਮਾਂਡ ਹੈ ਨਾ ਉਹ ਹੈ 9 ਲੱਖ ਰੁਪਏ ਤੇ ਮੌਕੇ ਤੇ ਕਮੀ ਪੇਸ਼ੀ 9 ਲੱਖ ਰੁਪਏ مالک ਇਸ ਦੀ ਡਿਮਾਂਡ ਕਰਦਾ ਪੇ ਮੌਕੇ ਤੇ ਕਮੀ ਪੇਸ਼ੀ ਹੋ ਜਾਣੀ ਹੈ ਪਿਆਰ ਮੁਹੱਬਤ ਹੋ ਜਾਣਾ ਹੈ مالک ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ مالک ਨਾਲ ਡਾਇਰੈਕਟ ਰਾਬਤਾ ਕਰ ਲਓ ਲੈਣ ਦੇਣ ਦਾ ਸਾਡਾ ਕੋਈ ਤਾਲਕ ਨਹੀਂ ਲੈਣ ਦੇਣ مالک ਨਾਲ ਖੁਦ ਕਰ ਲੈਣਾ ਸਾਡਾ ਕੰਮ ਹੈ ਵੀਡੀਓ ਬਣਾ ਕੇ ਲਾਣਾ ਤਮੇ ਪਿਆਰੇ ਭਾਈਆਂ ਦੀ ਖidmat ਹੀ ਲੈ ਕੇ ਆਨੇ ਹਰ ਕਿਸਮ ਦੇ ਟਰੈਕਟਰ ਦੇ ਫਾਰਸਲ ਵੀਡੀਓ ਫिएट ਫੋਰਡ ਮੈਸੀ ਦੀਆਂ ਬੈਲਰਸ ਦੀਆਂ ਆਊਟ ਆਫ ਮਾਰਕੀਟ ਟਰੈਕਟਰਾਂ ਦੀਆਂ ਤਾਂ ਹੁਣ ਇਨਸ਼ਾਅੱਲਾ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਜਿਹੜੀਆਂ ਵੀਡੀਓ ਆਉਣੀਆਂ ਨੇ ਉਹਨਾਂ ਦੂਸਰੀਆਂ ਬੜੀਆਂ ਕੜਾਕੇ ਦੀਆਂ ਹੋਣੀਆਂ ਨੇ ਤੇ ਮੈਨੂੰ ਦੇ ਇਜਾਜ਼ਤ ਮਿਲਾਂਗੇ ਕਿ ਨਵੀਂ ਵੀਡੀਓ ਨਾਲ ਥੈਂਕਸ ਫॉर ਵਾਚਿੰਗ